फिरोजपुर च रोजाना ही चोरी दियां घटनावां सामने आ रही ने ते लोग भी इस चोरी दियां वारदातां तों तंग आ चुके ने। यह मामला भी फिरोजपुर तों सामने आया जिथे दुलची रोड ते चोरां ने एक मेडिकल स्टोर नूं निशाना बनाया है। दुकान दे अंदर सीसीटीवी कैमरा च कैद होए कि किवें दो नकाबपोश चोर दुकान दा शटर तोड़ के दुकान अंदर दाखिल होए ते दुकान दे गल्ले चो पैसे ते होर समान लै के फरार हो गए। उत्थे मेडिकल स्टोर चलाउण वाले ने दस्या कि अज सवेरे चोरां ने चोरी दी वारदात नूं अंजाम दित्ता जिस दी सीसीटीवी वीडियो सामने आई ते दुकान चो नकदी ते समान ते कुछ दवाइयां लै के फरार हो गए। उन्होंने कहा कि पुलिस नूं भी इस मामले दी जानकारी दे दित्ती गई है ते उन्होंने इंसाफ दी मांग कीती है। ਇਹ ਇਸ ਤਰ੍ਹਾਂ ਜੀ ਦੁਲਚੀ ਕੇ ਰੋਡ 'ਤੇ ਮੇਰੇ ਵਾਰਡ ਦੇ ਵਿੱਚ ਹੀ ਹੈ ਗੁਰਕਿਰਪਾ ਮੈਡੀਕਲ ਹਾਲ। ਆਪਣੇ ਛੋਟੇ ਵੀਰ ਨੇ ਇਹਨਾਂ ਦੇ ਅੱਜ ਤੜਕੇ ਨਾਲ ਪੌਣੇ ਕੁ 4 ਵਜੇ ਚੋਰੀ ਹੋਈ ਹੈ। ਸ਼ਟਰ ਸ਼ੁਟਰ ਤੋੜ ਕੇ ਅੰਦਰ ਕੋਈ ਕੈਸ਼ ਪਿਆ ਸੀ ਇਹਨਾਂ ਦਾ, ਕੋਈ ਥੋੜ੍ਹੀਆਂ ਬਹੁਤੀਆਂ ਦਵਾਈਆਂ ਗਈਆਂ ਨੇ। ਅਜੇ ਵੇਖ ਰਹੇ ਹਾਂ ਵੀ ਕੀ ਚੋਰੀ ਹੋਇਆ। ਬਾਕੀ ਚੋਰਾਂ ਦਾ ਇੰਨਾ ਬੁਰਾ ਹਾਲ, ਇਹਨਾਂ ਦਿਨੋਂ ਦਿਨ ਚੋਰੀਆਂ ਇੰਨੀਆਂ ਵੱਧ ਰਹੀਆਂ ਨੇ। ਰਸਤੇ ਵਿੱਚ ਸਨੈਚਿੰਗ ਹੋ ਰਹੀ ਹੈ, ਮੋਬਾਈਲ ਖੋ ਕੇ ਲਿਜਾ ਰਹੇ ਨੇ, ਚੈਨੀਆਂ ਲਾ ਕੇ ਲਿਜਾ ਰਹੇ ਨੇ, ਦੁਕਾਨਾਂ ਸ਼ਰੇਆਮ ਤੋੜ ਰਹੇ ਨੇ। ਕੋਈ ਪ੍ਰਸ਼ਾਸਨ ਵੱਲੋਂ ਕੋਈ ਮੇਰੇ ਹਿਸਾਬ ਨਾਲ ਐਡੀ ਕੋਈ ਸਖਤੀ ਨਹੀਂ। ਇਸ ਕੰਮ ਦੇ ਵਿੱਚ ਮੇਰੇ ਹਿਸਾਬ ਨਾਲ ਹਰੇਕ ਸਰਕਾਰਾਂ ਹੀ ਨਾਕਾਮ ਰਹੀਆਂ ਨੇ, ਚੋਰੀਆਂ ਨਹੀਂ ਰੋਕ ਸਕੀਆਂ। ਮੰਗ ਇਹੋ ਕਰਦੇ ਹਾਂ ਵੀ ਇਹ ਵਿਚਾਰੇ ਨਵਾਂ ਕੰਮ ਕੀਤਾ ਮੁੰਡਿਆਂ ਨੇ, ਘਰੇ ਕਿਵੇਂ ਬੱਚੇ ਪੜ੍ਹੇ ਲਿਖੇ, ਕੁਛ ਤਾਂ ਬਾਹਰ ਨੂੰ ਭੱਜੇ ਜਾਂਦੇ ਨੇ ਅਤੇ ਕੁਛ ਪੜ੍ਹ ਲਿਖ ਕੇ ਮਾਂ ਪਿਓ ਨੇ ਕੰਮ ਕਰਵਾਇਆ ਇਹਨਾਂ ਨੂੰ, ਅਤੇ ਜੇ ਇਵੇਂ ਇਹਨਾਂ ਦੀਆਂ ਚੋਰੀਆਂ ਹੋਈ ਜਾਣਗੀਆਂ, ਵਾਰ ਵਾਰ ਪੈਸੇ ਕਿੱਥੋਂ ਲਾਣਗੇ? ਉਹਨਾਂ ਅੱਜ ਥੋੜ੍ਹਾ ਨੁਕਸਾਨ ਹੋਇਆ, ਕੱਲ੍ਹ ਨੂੰ ਜ਼ਿਆਦਾ ਵੀ ਹੋ ਸਕਦਾ, ਕੱਲ੍ਹ ਨੂੰ ਕਿਸੇ ਨੂੰ ਸੱਟ ਫੇਟ ਵੀ ਮਾਰ ਸਕਦੇ ਜੇ ਕੋਈ ਬੰਦਾ ਆਉਂਦਾ ਤਾਂ। ਦਿਨ ਚੜ੍ਹ ਗਿਆ, ਪੌਣੇ 4 ਵਜੇ ਦੀ ਗੱਲ ਹੈ ਜਦੋਂ ਆਮ ਜਨਤਾ ਗੁਰਦੁਆਰੇ ਸਾਹਿਬ ਬਾਬਾ ਜੀ ਬੋਲ ਪੈਂਦੇ ਨੇ ਅਤੇ ਉਦੋਂ ਜਨਤਾ ਵੀ ਨਿਕਲ ਪੈਂਦੀ ਬਾਹਰ। ਐਡੇ ਬੇਖੌਫ ਨੇ ਚੋਰ ਵੀ, ਮਤਲਬ ਵੀ ਸਾਨੂੰ ਕੋਈ ਮਿਲ ਵੀ ਗਿਆ ਤਾਂ ਪ੍ਰਵਾਹ ਕੋਈ ਨਹੀਂ, ਅੱਗੋਂ ਕੋਈ ਚੀਜ਼ ਇਹਨੂੰ ਸੱਟ ਸੁੱਟ ਮਾਰ ਦਿਆਂਗੇ, ਗੱਲ ਹੀ ਕੋਈ ਨਹੀਂ। ਬਸ ਵੀਰੇ, ਆਪਣਾ ਦੁਲਚੀਕੇ ਰੋਡ 'ਤੇ ਗੁਰੂ ਕਿਰਪਾ ਮੈਡੀਕਲ ਹਾਲ ਮੈਡੀਕਲ ਹੈ ਅਤੇ ਸਵੇਰੇ ਪੌਣੇ ਕੁ 4 ਵਜੇ ਚੋਰੀ ਹੋਈ ਹੈ ਮੁਹੱਲੇ 'ਚੋਂ। ਮੈਨੂੰ ਜਿਵੇਂ ਲੋਕਾਂ ਨੂੰ ਪਤਾ ਲੱਗਾ ਉਹਨਾਂ ਮੈਨੂੰ ਫੋਨ ਕੀਤਾ, ਮੈਂ ਨਾਲ ਦੀ ਨਾਲ ਹੀ ਮੇਰਾ ਪਰਿਵਾਰ ਅਤੇ ਅਸੀਂ ਆ ਗਏ ਹਾਂ। ਅਸੀਂ ਆਣ ਕੇ ਦੇਖਿਆ ਸ਼ਟਰ ਟੁੱਟਾ ਹੋਇਆ ਸੀਗਾ ਅਤੇ ਅੰਦਰੋਂ ਗੱਲੇ 'ਚ ਕੁਛ ਕੈਸ਼ ਸੀਗਾ, 15-16 ਹਜ਼ਾਰ ਰੁਪਇਆ, ਅਤੇ ਕੁਛ ਦਵਾਈਆਂ ਚੁੱਕ ਕੇ ਲੈ ਗਏ ਉਹ। ਅਤੇ ਅਸੀਂ ਜਦੋਂ ਆ ਕੇ ਵੇਖਿਆ ਹੋਰ ਵੀ, ਚਲੋ ਜ਼ਿਆਦਾ ਤਾਂ ਨਹੀਂ ਅਜੇ ਪਤਾ ਲੱਗਾ, ਬਾਕੀ ਦੁਕਾਨ ਦੇਖਿਆ ਪਤਾ ਲੱਗੂਗਾ ਕੀ ਕੀ ਗਿਆ ਹੈ। ਬਾਕੀ ਥਾਣੇ ਅਸੀਂ ਗਏ ਸੀਗੇ, ਆਪਦਾ ਰਿਪੋਰਟ ਲਿਖਾਈ ਹੈ। ਉਹਨਾਂ ਵੱਲੋਂ ਕੋਈ ਕਾਰਵਾਈ ਕੀਤੀ ਨਹੀਂ? ਉਹਨਾਂ ਵੱਲੋਂ ਹਾਂਜੀ, ਹੁਣੇ ਥਾਣੇਦਾਰ ਸਾਹਿਬ ਆਏ ਨੇ, ਉਹ ਆਣ ਕੇ ਕੈਮਰੇ ਕੁਮਰੇ ਦੇਖ ਰਹੇ ਨੇ। ਬਾਕੀ ਸਾਨੂੰ ਤਾਂ ਇਹੀ ਹੈ ਵੀ ਚੰਗੀ ਤਰ੍ਹਾਂ ਵੇਖਿਆ ਜਾਵੇ, ਚੋਰਾਂ ਨੇ ਮੂੰਹ ਬੰਨੇ ਆ ਕੈਮਰਿਆਂ ਦੇ ਵਿੱਚ ਤਾਂ ਆਏ ਨੇ, ਬਾਕੀ ਜੇ ਕਲੀਅਰ ਹੋ ਜਾਏ ਮੋਟਰਸਾਈਕਲ ਵਗੈਰਾ ਤੋਂ ਤਾਂ ਅਸੀਂ ਤਾਂ ਇਹੀ ਕਹਿੰਦਾ ਵੀ ਉਹ ਪ੍ਰਸ਼ਾਸਨ ਕਾਰਵਾਈ ਕਰੇ ਅਤੇ ਉਹਨਾਂ ਦਾ ਪਤਾ ਲੱਗ ਸਕੇ ਅਤੇ ਸਾਨੂੰ ਇਨਸਾਫ ਮਿਲੇ।